जिंदाबाद, 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 लोग लोग यूनियन हो 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 बर्बाद, बर्बाद, लड़देबादी लड़देबाद इनकला मेरा नाम सुरेंद्र सिंह खालसा ਮੈਂ ਕਿਰਤੀਕ ਸੰਧੂ ਨਾਲ ਸੰਬੰਧਤ ਹਾਂ ਹਾਂ ਜਿੱਥੇ ਆਇਆ ਹਾਂ ਹਾਂਜੀ ਧਰਨੇ 'ਚ ਪਹੁੰਚੂਗੀ ਅਸੀਂ ਧਰਨੇ ਵਿੱਚ ਇਹਨਾਂ ਦੀ ਹਮਾਇਤ 'ਚ ਪਹੁੰਚੇ ਹਾਂ ਕਿਉਂਕਿ ਇਹਨਾਂ ਨੂੰ 3 ਦਿਨ ਹੋ ਗਏ ਲਗਾਤਾਰ ਦਿਨ ਰਾਤ ਧਰਨਾ ਲਾ ਕੇ ਬੈਠੇ ਆ ਇੱਥੋਂ ਦਾ ਜਿਹੜਾ ਗੈਸ ਸਟੇਸ਼ਨ ਸੀ ਦਾ ਮਾਲਕ ਆ ਉਹ ਤਾਤ ਤੋਂ ਮਸਨੇ ਹੋ ਰਿਹਾ ਸਿਕੋ ਦਬਕੇ ਮਾਰੇ ਜਾ ਰਹੇ ਆ ਉਹਦੇ ਵੱਲੋਂ ਕਿ ਮੇਰਾ ਭਰਾ ਜਿਹੜਾ ਡੀਜੀਪੀ ਲੱਗਿਆ ਮੈਂ ਤੁਹਾਨੂੰ ਚੁਕਾ ਦੂੰਗਾ ਇਹ ਖਬਰਾਂ ਆ ਰਹੀਆਂ ਇਹਨਾਂ ਵੱਲੋਂ ਅਸੀਂ ਇਹਨਾਂ ਦਾ ਸਖਤ ਵਿਰੋਧ ਵਿਰੋਧ ਕਰਦੇ ਆਂ ਤੇ ਅਸੀਂ ਕਹਿੰਨੇ ਵੀ ਇਹ ਵਰਕਰਾਂ ਦੇ ਜੋ ਮੰਗਾ ਉਹ ਇਹਨਾਂ ਦੀਆਂ ਮੰਨੀਆਂ ਜਾਣ ਤੇ ਤੁਸੀਂ ਆਪਣਾ ਕੰਮ ਕਰਾਓ ਇਹਨਾਂ ਨੂੰ ਬਣਦੀ ਹੁਜ਼ੂਰਤ ਜਿਹੜੀ ਦਿੱਤੀ ਜਾਵੇ ਠੀਕ ਹੈ ਕਰਨਾ ਧਰਨਾ ਲਗਾਣੇਗਾ ਜੀ ਸਾਡਾ ਧਰਨਾ ਲਗਾਣ ਦਾ ਇਹ ਮੇਨ ਕਰਨੇ ਆ ਕਿ ਲਗਭਗ 6 ਲਗਭਗ 6 ਮਹੀਨਿਆਂ ਤੋਂ ਲੇਬਰ ਕਮਿਸ਼ਨਰ ਜਿਹੜੇ ਪਟਿਆਲੇ ਦੇ ਹੈਗੇ ਆ ਉਹ ਇਸ ਮਾਲਕ ਨੂੰ ਬੁਲਾਉਂਦੇ ਨੇ ਇਹ ਉੱਥੇ ਆਉਂਦੇ ਨਹੀਂ ਹੈਗੇ ਤੇ ਸਾਰੀਆਂ ਏਜੰਸੀਆਂ ਦੇ ਮਾਲਕਾਂ ਨੇ ਸਾਡੇ ਨਾਲ ਬੈਠ ਕੇ ਸਮਝੌਤਾ ਕਰ ਲਿਆ ਇਹ ਬਿਲਕੁਲ ਗੱਲ ਕਰਨ ਲਈ ਵੀ ਤਿਆਰ ਨੇ ਪਰਸੋ ਅਸੀਂ ਗੱਲ ਕਰਨ ਲਈ ਆ ਨਾ ਕਿਸ ਮੁੱਦੇ ਲੈ ਕੇ ਤਰਨ ਲੱਗੇ ਸੀ ਸਾਡਾ ਮੁੱਦਾ ਇਹ ਸੀ ਵੀ ਜਿਹੜੀ ਸਾਡੀ ਘੱਟੋ ਘੱਟ ਮਿਨੀਮਮ ਬੇਜ ਆ ਤਨਖਾਹ ਘੱਟੋ ਘੱਟ ਵੀ 10000 ਰੁਪਏ ਤਾਂ ਹੋਵੇ ਇਹ ਲਗਭਗ 2500 ਰੁਪਏ ਤਨਖਾਹ ਦਿੰਦੇ ਨੇ ਤੇ ਜਦੋਂ ਅਸੀਂ ਇਹਨਾਂ ਕੋਲ ਪਰਸੋ ਗੱਲਬਾਤ ਲਈ ਗਏ ਵਰਕਰਾਂ ਨੂੰ ਭੇਜਿਆ ਸਾਥੀਆਂ ਨੂੰ ਤਾਂ ਇਹਨਾਂ ਨੇ ਇਹ ਗੱਲ ਕੀ ਹੈ ਕਿ ਮੈਂ ਤੁਹਾਨੂੰ ਸੀਆਈਏ ਚੱਕਵਾ ਦਾਂਗਾ ਭਰਾ ਮੇਰਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸੌਤਾ ਸਗਾ ਭਰਾ ਮੇਰਾ ਵੀ ਮੈਂ ਤੁਹਾਨੂੰ ਉੱਥੇ ਚੱਕਵਾ ਦੂੰਗਾ ਕਿੰਨੇ ਦੇ ਤੋਂ ਕੰਮ ਕਰ ਰਹੇ ਨੇ ਕੋਲ ਕੰਮ ਤਾਂ ਜੀ ਸਾਡੇ ਸਾਥੀ ਲਗਭਗ ਇਹਨਾਂ ਕੋਲ ਜੱਤ ਏਜੰਸੀ ਖੁੱਲੀ ਆ 12-13 ਸਾਲ ਹੋ ਚੁੱਕੇ ਹੁਣ ਮਤ ਕੇ ਕਿ ਤੁਹਾਡਾ ਕੀ ਹੈ ਜਿਹਦੇ ਪ੍ਰਸ਼ਾਸਨ ਨਹੀਂ ਮੰਨਦੇ ਨਹੀਂ ਮੰਨਦੇ ਮਾਲਕਾ ਕਿ ਆਨ ਟਾਈਮ 'ਚ ਕੀ ਕਰਨ ਸਾਡਾ ਲਗਭਗ ਦੇਖੋ ਜੀ 3 ਦਿਨ ਤੋਂ ਠੰਡ 'ਚ ਦਿਨ ਰਾਤ ਅਸੀਂ ਬੈਠੇ ਆਂ ਔਰੇ ਆ ਖੇਤਾਂ ਜੀ ਦੇਖ ਲਓ ਇੰਨੀ ਠੰਡ ਹੁੰਦੀ ਆ ਰਾਤ ਕੋਰਾ ਪੈ ਰਿਹਾ ਸੀ ਕੋਰੇ ਦੇ ਵਿੱਚ ਵੀ ਅਸੀਂ ਰਾਤਾਂ ਉਰੀ ਕੱਟ ਰਹੇ ਆ ਤੇ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਮਜ਼ਦੂਰਾਂ ਵੱਲ ਸਰਕਾਰ ਦਾ ਬਿਲਕੁਲ ਕੋਈ ਧਿਆਨ ਨਹੀਂ ਇਹ ਠੰਡ ਚ ਮਰਨ ਕੋਈ ਆਕੜ ਜੇ ਕੋਈ ਕੁਛ ਹੋ ਜੇ ਬਿਲਕੁਲ ਸਰਕਾਰ ਦਾ ਮਜ਼ਦੂਰਾਂ ਵੱਲ ਠੀਕ ਹੈ ਥੋੜੀ ਮੰਗ ਪੂਰੀ ਨਹੀਂ ਹੁੰਦੀ ਤਾਂ ਆਨ ਟਾਈਮ 'ਚ ਤੁਹਾਡੇ ਕਰਮਚਾਰੀਆਂ ਵੱਲੋਂ ਹੜਤਾਲ ਕਰੀ ਜਾਏਗੀ ਜਾਮ ਲਗਾਏ ਜਾਣਗੇ ਕੀ ਹੈਗੇ ਆਨ ਟਾਈਮ 'ਚ ਆਨ ਵਾਲੇ ਸਮੇਂ 'ਚ ਜੇ ਆਪਣਾ ਇਹ ਨਹੀਂ ਮੰਨਦੇ ਤਾਂ ਪੂਰੇ ਜ਼ਿਲ੍ਹੇ ਦੀ ਸਪਲਾਈ ਵੀ ਬੰਦ ਹੋ ਸਕਦੀ ਆ ਤਾਂ ਜਿੰਨੇ ਵੀ ਸਾਡੀ ਭਰਾਤਰੀ ਜਥੇਬੰਦੀਆਂ ਸਾਡੀ ਲੋਕ ਸੰਘਰਸ਼ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਵੀ ਸੱਦਾ ਦੇਵਾਂਗੇ ਫਿਰ ਉਹ ਸਾਰੇ ਇਕੱਠੇ ਹੋ ਕੇ ਜੋ ਯੋਜਨਾ ਬਣੇਗੀ ਫਿਰ ਉਸ ਮੁਤਾਬਕ ਅਸੀਂ ਜਿਹੜਾ ਸੰਘਰਸ਼ ਆ ਉਹਨੂੰ ਤਿੱਖਾ ਕੀਤਾ ਜਾਏਗਾ